ਸਤਿ ਸ਼੍ਰੀ ਅਕਾਲ ਜੀ, ਮੈਂ ਲਵਪ੍ਰੀਤ ਕੌਰ, ਹਾਜ਼ਰਾਂ ਸੀ ਗੁਰਪ੍ਰੀਤ ਸਿੰਘ ਦੁਆਰਾ ਲਿਖੇ ਗਏ ਨਾਵਲ ਕੱਲ ਸੰਯੋਗਾਂ ਦੀ ਦਾ ਭਾਗ 8 ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਆਖਿਰ ਰੜਕ ਸਿੰਘ ਨੇ ਸਤਵੀਰ ਕੌਰ ਨੂੰ ਆਪਣੀ ਜੁਬਾਨ ਦਿੱਤੀ ਸੀ, ਸੋ ਤਾਂ ਹੁਣ ਉਸਦੇ ਪਰਿਵਾਰ ਨੂੰ ਪੂਰੀ ਕਰਨੀ ਹੀ ਪੈਣੀ ਸੀ। ਇਹ ਉਹ ਵੇਲੇ ਸੀ ਜਦ ਬੰਦੇ ਦੀ ਜੁਬਾਨ ਉਸਨੂੰ ਆਪਣੀ ਜਾਨ ਨਾਲੋਂ ਪਿਆਰੀ ਹੁੰਦੀ ਸੀ। ਜਵਾਨੋਂ ਮੁਕਰਿਆ ਬੰਦਾ ਤਾਂ ਸ਼ਰਮ ਨਾਲ ਹੀ ਮਰ ਜਾਂਦਾ ਹੁੰਦਾ ਸੀ। ਅੱਜ ਕੱਲ੍ਹ ਦਾ ਲੋਕ ਜਵਾਨ ਦੇ ਕੇ ਦੂਜੇ ਦਿਨ ਹੀ ਮੁੱਕਰ ਜਾਂਦੇ ਆ। ਸਿਆਣਿਆਂ ਸੱਚ ਹੀ ਕਿਹਾ ਏ, ਮਰਿਆ ਬੰਦਾ ਅਤੇ ਜਵਾਨੋਂ ਮੁੱਕਰਿਆ ਇਨਸਾਨ ਦੋਵੇਂ ਇੱਕ ਸਮਾਨ ਹੀ ਹੁੰਦੇ ਨੇ। ਚਲੋ ਜੀ, ਫਿਰ ਆਖਰ ਨੂੰ ਕਰਮੇ ਅਤੇ ਰੇਸ਼ਮ ਦੇ ਵਿਆਹ ਦਾ ਦਿਨ ਵੀ ਆ ਗਿਆ। ਸਵੇਰੇ ਕਰਮੇ ਨੂੰ ਨਹਾ ਧਵਾ ਕੇ ਤਿਆਰ ਕਰਕੇ ਕੁਰਸੀ 'ਤੇ ਬਿਠਾਇਆ ਗਿਆ। ਫਿਰ ਭਾਬੀ ਨੇ ਸੁਰਮਾ ਪਵਾਈ ਦੀ ਰਸਮ ਅਦਾ ਕੀਤੀ। ਗਿਣਤੀ ਦੇ ਕੁਝ ਕੁ ਰਿਸ਼ਤੇਦਾਰ ਅਤੇ ਪਿੰਡ 'ਚੋਂ 2-4 ਮੋਹਤਵਰ ਬੰਦਿਆਂ ਨੂੰ ਨਾਲ ਲੈ ਕੇ ਉਹ ਕਰਮੇ ਨੂੰ ਵਿਆਹੁਣ ਲਈ ਤੁਰ ਪਏ। 10:30 ਵਜੇ ਨੂੰ ਬਰਾਤ ਦੇ ਰੇਸ਼ਮ ਦੇ ਪਿੰਡ ਜਾ ਪਹੁੰਚੀ। ਸਾਰੀ ਬਰਾਤ ਦਾ ਰੜਕ ਸਿੰਘ ਦੇ ਪਰਿਵਾਰ ਨੇ ਹੱਥ ਜੋੜ ਕੇ ਦਿਲ ਖੋਲ੍ਹ ਕੇ ਸਵਾਗਤ ਕੀਤਾ। ਪਰ ਰੇਸ਼ਮ ਦੇ ਭਰਾ ਆਪਣੀ ਭੈਣ ਦੇ ਇਸ ਵਿਆਹ ਤੋਂ ਕੋਈ ਬਹੁਤੇ ਖੁਸ਼ ਨਹੀਂ ਸਨ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਰਮਾ ਤਾਂ ਉਹਨਾਂ ਦੇ ਬਰਾਬਰ ਬੈਠਣ ਲਾਇਕ ਵੀ ਨਹੀਂ, ਜਿਸ ਨੂੰ ਅੱਜ ਉਹਨਾਂ ਦੇ ਮਾਪਿਆਂ ਨੇ ਸਾਰੀ ਉਮਰ ਲਈ ਘਰ ਦਾ ਜੀ ਬਣਾ ਲਿਆ ਸੀ। ਵੈਸੇ ਕਰਨ ਨੂੰ ਤਾਂ ਦਿਲ ਉਹਨਾਂ ਦਾ ਬਹੁਤ ਕੁਝ ਕਰਦਾ ਸੀ, ਪਰ ਉਹ ਸਿਰਫ ਆਪਣੇ ਪਿਓ ਦੇ ਡਰ ਕਰਕੇ ਚੁੱਪ ਬੈਠੇ ਹੋਏ ਸਨ। ਸਾਡੇ ਲੋਕਾਂ 'ਚ ਇਹ ਗੱਲ ਅੱਜ ਕੱਲ੍ਹ ਆਮ ਹੀ ਦੇਖਣ ਨੂੰ ਮਿਲ ਜਾਂਦੀ ਹੈ ਨਾ, ਜਿਵੇਂ ਕੁਝ ਲੋਕ ਦੀ ਸੋਚਣੀ ਹੁੰਦੀ ਹੈ। ਅਸੀਂ ਆਪਣੇ ਧੀ ਪੁੱਤ ਦਾ ਵਿਆਹ ਤਾਂ ਜੀ ਵਧੀਆ ਜ਼ਮੀਨ 'ਤੇ ਉੱਚੀ ਖਾਨਦਾਨ 'ਚ ਕਰਨ ਆਏ, ਜਦਕਿ ਇਸ ਗੱਲ ਦੀ ਕੋਈ ਵੀ ਗਰੰਟੀ ਨਹੀਂ ਹੁੰਦੀ ਕਿ ਵਿਆਹ ਤੋਂ ਪਿੱਛੋਂ ਉਹਨਾਂ ਦਾ ਧੀ ਪੁੱਤ ਸੁਖੀ ਸਾਂਦੀ ਆਪਣੇ ਘਰ ਵਿੱਚ ਖੁਸ਼ ਵਸੇਗੀ ਵੀ ਜਾਂ ਨਹੀਂ, ਜਾਂ ਫਿਰ ਮੁੰਡੇ ਦੇ ਸਹੁਰੇ ਉਸਦੇ ਛੋਟੇ ਘਰਵਾਰ ਤੋਂ ਹੋਣ ਕਰਕੇ ਪਤਾ ਨਹੀਂ ਉਸ ਨਾਲ ਕਿੱਦਾਂ ਵਰਤਾਓ ਕਰਨਗੇ। ਮਾਪਿਆਂ ਨੂੰ ਆਪਣਾ ਧੀ ਪੁੱਤ ਹਮੇਸ਼ਾ ਚੰਗੇ ਮੁੰਡੇ ਜਾਂ ਕੁੜੀ ਨਾਲ ਵਿਆਹੁਣਾ ਚਾਹੀਦਾ ਹੈ, ਨਾ ਕਿ ਕੋਠੀਆਂ ਜ਼ਮੀਨਾਂ ਜਾਂ ਕਾਰਾਂ ਦੇ ਨਾਲ, ਕਿਉਂਕਿ ਮੁੰਡੇ ਕੁੜੀ ਨੇ ਜ਼ਿੰਦਗੀ ਇੱਕ ਮੁੰਡੇ ਜਾਂ ਫਿਰ ਕੁੜੀ ਨਾਲ ਕੱਟਣੀ ਆ। ਆ ਜ਼ਮੀਨ ਕੋਠੀਆਂ ਕਾਰਾਂ ਦੇ ਨਾਲ ਨਹੀਂ, ਪਰ ਅਫਸੋਸ ਸਾਡੇ ਲੋਕ ਇਹ ਗੱਲ ਨਹੀਂ ਸਮਝਦੇ। ਚਲੋ ਸ਼ਾਇਦ ਆਪਾਂ ਕਿਸੇ ਹੋਰ ਹੀ ਪਾਸੇ ਤੁਰ ਪਏ, ਕਿਉਂਕਿ ਰੇਸ਼ਮ ਦੇ ਭਰਾ ਆਪਣੀ ਭੈਣ ਦੇ ਇਸ ਵਿਆਹ ਦੇ ਖਿਲਾਫ਼ ਸਨ, ਇਸ ਕਰਕੇ ਉਹ ਤਾਂ ਕਰਮੇ ਨੂੰ ਚੰਗੀ ਤਰ੍ਹਾਂ ਮਿਲੇ ਵੀ ਨਹੀਂ। ਬਸ ਐਵੇਂ ਹੀ ਉਹ ਸਾਰੇ ਵਿਆਹ 'ਚ ਉੱਖੜੇ ਉੱਖੜੇ ਜਿਹੇ ਫਿਰੇ ਰਹੇ ਸਨ। ਪਰ ਫਿਰ ਵੀ ਲੋਕ ਦਿਖਾਵੇ ਲਈ ਉਹਨਾਂ ਨੂੰ ਸਾਰਿਆਂ ਸਾਹਮਣੇ ਕਰਮੇ ਨੂੰ ਜੱਫੀ ਪਾ ਕੇ ਮਿਲਣਾ ਪਿਆ। ਫਿਰ ਸਭ ਦਾ ਚਾਹ ਪਾਣੀ ਹੋਣ ਤੋਂ ਬਾਅਦ ਉਹ ਸਾਰੇ ਆਨੰਦ ਕਾਰਜਾਂ ਲਈ ਪਿੰਡ ਵਾਲੇ ਗੁਰੂ ਘਰ ਵੱਲ ਨੂੰ ਚੱਲ ਪਈ। ਕਰਮਾ ਆਪਣੀ ਬੇਬੇ, ਭਰਾ ਅਤੇ ਭਾਬੀ ਹੁਣਾਂ ਦੇ ਨਾਲ ਅੰਦਰ ਆਇਆ। ਫਿਰ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੋਮਾਲਾ ਸਾਹਿਬ ਪੇਟ ਕਰਕੇ ਮੱਥਾ ਟੇਕ ਕੇ ਸੱਜੇ ਪਾਸੇ ਬੈਠ ਗਿਆ। ਕੁਝ ਦੇਰ ਬਾਅਦ ਸੂਹੇ ਜੋੜੇ 'ਚ ਕੁੰਡ ਕੱਢ ਕੇ ਰੇਸ਼ਮ ਆਪਣੇ ਬੇਬੇ ਬਾਪੂ ਨਾਲ ਆਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੋਮਾਲਾ ਸਾਹਿਬ ਪੇਟ ਕਰਕੇ ਮੱਥਾ ਟੇਕ ਕਰਮੇ ਦੇ ਖੱਬੇ ਹੱਥ ਬੈਠ ਗਈ। ਫਿਰ ਜਦ ਰਾਗੀ ਸਿੰਘਾਂ ਦੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਰੇਸ਼ਮ ਦੇ ਬਾਪੂ ਨੇ ਕਰਮੇ ਦਾ ਸਿਰਾ ਵਧਾਉਣ ਦੀ ਰਸਮ ਅਦਾ ਕੀਤੀ। ਉਸ ਉਪਰੰਤ ਭਾਈ ਸਾਹਿਬ ਨੇ ਲਾਵਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤਾਂ ਕਰਮੇ ਅਤੇ ਰੇਸ਼ਮ ਨੇ ਇੱਕ ਇੱਕ ਕਰਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਦੇ ਹੋਏ 4 ਲਾਵਾਂ ਲੈ ਕੇ ਆਪਣੀ ਆਉਣ ਵਾਲੀ ਨਵੀਂ ਜ਼ਿੰਦਗੀ ਲਈ ਵਾਹਿਗੁਰੂ ਅੱਗੇ ਮੱਥਾ ਟੇਕੀਏ ਆਸ਼ੀਰਵਾਦ ਲਿਆ। ਫਿਰ ਅਰਦਾਸ ਕਰਕੇ ਆਨੰਦ ਕਾਰਜਾਂ ਦੀ ਸਮਾਪਤੀ ਕਰ ਦਿੱਤੀ ਗਈ ਅਤੇ ਸਭ ਨੂੰ ਦੇਗ ਪ੍ਰਸ਼ਾਦ ਵਰਤਾਇਆ ਗਿਆ। ਉਸ ਤੋਂ ਬਾਅਦ ਸਾਰੇ ਬਰਾਤੀਆਂ ਅਤੇ ਆਏ ਹੋਏ ਰਿਸ਼ਤੇਦਾਰਾਂ ਨੂੰ ਗੁਰੂ ਘਰ ਦਾ ਲੰਗਰ ਛਕਾਇਆ ਗਿਆ। ਉਸ ਤੋਂ ਬਾਅਦ ਸਾਰੀ ਬਰਾਤ ਰੜਕ ਸਿੰਘ ਦੇ ਘਰ ਵੱਲ ਨੂੰ ਚੱਲ ਪਈ। ਸਾਰੇ ਸ਼ਗਨ ਵਿਹਾਰ ਕਰਨੇ ਤੋਂ ਬਾਅਦ ਸ਼ਾਮ ਹੁੰਦੇ ਨੂੰ ਫਿਰ ਰੜਕ ਸਿੰਘ ਦੇ ਸਾਰੇ ਪਰਿਵਾਰ ਨੇ ਰੇਸ਼ਮ ਨੂੰ ਆਪਣੇ ਘਰੋਂ ਵਿਦਾ ਕਰ ਦਿੱਤਾ। ਜਰਨੈਲ ਹੁਣੀ ਕਰਮੇ ਨੂੰ ਵਿਆਹ ਕੇ 5 ਵਜੇ ਆਪਣੀ ਹਵੇਲੀ ਪਹੁੰਚ ਗਏ।
ਫਿਰ ਦੋਵਾਂ ਨੂੰ ਗੱਡੀ 'ਚੋਂ ਉਤਾਰ ਕੇ ਬੇਬੇ ਅਤੇ ਭਾਬੀ ਨੇ ਉਹਨਾਂ ਦੋਵਾਂ ਦੇ ਸਿਰ ਤੋਂ ਪਾਣੀ ਵਾਰਨ ਦੀ ਰਸਮ ਕੀਤੀ। ਉਸ ਤੋਂ ਬਾਅਦ ਉਹਨਾਂ ਨੂੰ ਘਰ ਦੇ ਅੰਦਰ ਲਿਆਂਦਾ ਗਿਆ। ਸਾਰੇ ਸ਼ਗਨ ਵਿਹਾਰ ਕਰਦਿਆਂ ਨੂੰ ਰਾਤ ਪੈ ਗਈ। ਉੱਧਰ ਰੇਸ਼ਮ ਆਪਣੇ ਕਮਰੇ 'ਚ ਬੈਠ ਕੇ ਬੈਠੀ ਕਰਮੇ ਦਾ ਇੰਤਜ਼ਾਰ ਕਰ ਰਹੀ ਸੀ। ਜਦ ਕਮਰੇ ਦਰਵਾਜ਼ੇ ਖੁੱਲ੍ਹਣ ਦਾ ਖੜਾਕ ਹੋਇਆ ਤਾਂ ਉਹ ਸਿਰ ਹੇਠਾਂ ਕਰਕੇ ਬੈਠ ਗਈ। ਕਰਮਾ ਦਰਵਾਜ਼ਾ ਬੰਦ ਕਰਕੇ ਰੇਸ਼ਮ ਦੇ ਕੋਲ ਬੈਡ ਦੀ ਇੱਕ ਸਾਈਡ 'ਤੇ ਆ ਕੇ ਬੈਠ ਗਿਆ। ਦੋਵੇਂ ਕੁਝ ਦੇਰ ਬੈਠੇ ਬਿਨਾਂ ਕੁਝ ਬੋਲੇ ਹੀ ਇੱਕ ਦੂਜੇ ਤੋਂ ਸੰਗਦੇ ਰਹੇ। ਫਿਰ ਕੁਝ ਦੇਰ ਬਾਅਦ ਕਰਮੇ ਨੇ ਰੇਸ਼ਮ ਦਾ ਘੁੰਡ ਚੁੱਕਿਆ ਤਾਂ ਰੇਸ਼ਮ ਨੇ ਸ਼ਰਮਾ ਕੇ ਨੀਵੀਂ ਪਾ ਲਈ ਤਾਂ ਕਰਮਾ ਉਸ ਦੀ ਟੋਡੀ ਨੂੰ ਹੱਥ ਨਾਲ ਉੱਪਰ ਨੂੰ ਚੱਕਦੇ ਹੋਏ ਕਹਿਣ ਲੱਗਾ, ਰੇਸ਼ਮ ਆਪਣੀਆਂ ਅੱਖਾਂ ਖੋਲ੍ਹ ਕੇ ਇੱਧਰ ਮੇਰੇ ਵੱਲ ਦੇਖ। ਫਿਰ ਜਦ ਰੇਸ਼ਮ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਰੇਸ਼ਮ ਉਸ ਨੂੰ ਕਹਿਣ ਲੱਗੀ, ਨਹੀਂ ਟਲੇ ਨਾ ਤੁਸੀਂ, ਆਖਰ ਮੈਨੂੰ ਵਿਆਹ ਹੀ ਲਿਆਂਦਾ। ਕਰਮਾ, ਯਾਰ ਪਤਾ ਨਹੀਂ ਤੇਰੇ 'ਚ ਐਸਾ ਕੀ ਦਿਖਿਆ ਆ, ਇਸ ਦਿਲ ਨੇ ਜੋ ਇਹ ਦਿਲ ਬਸ ਤੈਨੂੰ ਦੇਖ ਕੇ ਸਿਰਫ ਤੇਰਾ ਹੀ ਹੋ ਕੇ ਰਹਿ ਗਿਆ। ਰੇਸ਼ਮ, ਤੁਹਾਨੂੰ ਪਤਾ ਉਸ ਦਿਨ ਜਦ ਬਾਪੂ ਜੀ ਨੇ ਭੂਆ ਦੇ ਆਪਣੇ ਰਿਸ਼ਤੇ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਨਾ, ਮੈਨੂੰ ਵੀ ਬਹੁਤ ਦੁੱਖ ਲੱਗਿਆ ਸੀ ਇਹ ਸੋਚ ਕੇ ਕਿ ਸੱਚੀ ਇਹ ਜਾਤ ਪਾਤ ਦੇ ਖਾਨਦਾਨ ਬੰਦੇ ਨੂੰ ਆਪਣੇ ਧੀ ਪੁੱਤ ਦੀ ਖੁਸ਼ੀ ਤੋਂ ਵੀ ਵੱਧ ਕੇ ਆਉਂਦਾ ਆ। ਕਰਮਾ, ਇਹ ਤਾਂ ਪਤਾ ਨਹੀਂ ਰੇਸ਼ਮ, ਪਰ ਬੇਬੀ ਤਾਂ ਕਹਿੰਦੀ ਆ ਕਿ ਇਸ ਦੁਨੀਆ 'ਤੇ ਬੰਦੇ ਦੀ ਸਿਰਫ ਇੱਕ ਹੀ ਜਾਤ ਹੁੰਦੀ ਆ, ਉਹ ਹੈ ਇਨਸਾਨੀਅਤ। ਦੁਨੀਆ 'ਤੇ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਆ। ਰੇਸ਼ਮ, ਹੁਣ ਫਿਰ ਜੀ ਤੁਸੀਂ ਦਰਸ਼ਨ ਤਾਂ ਕਰ ਲਏ ਆ ਆਪਣੀ ਰੇਸ਼ਮ ਦੀ, ਉਸ ਦੇ ਲਈ ਕੋਈ ਤੋਹਫ਼ਾ ਨਹੀਂ ਲੈ ਕੇ ਆਏ? ਕਰਮਾ ਫਿਰ ਉੱਠ ਕੇ ਆਪਣੇ ਟੇਬਲ 'ਤੇ ਦਰਾਜ 'ਚੋਂ ਵੰਗਾਂ ਕੱਢ ਕੇ ਲੈ ਆਇਆ ਅਤੇ ਰੇਸ਼ਮ ਨੂੰ ਦਿਖਾਉਂਦੇ ਹੋਏ ਕਹਿਣ ਲੱਗਾ, ਹਾਂਜੀ ਯਾਦ ਆਇਆ ਕੁਛ? ਇਹਨਾਂ ਵੰਗਾਂ ਨੂੰ ਦੇਖ ਕੇ ਰੇਸ਼ਮ ਉਸਦੇ ਹੱਥੋਂ ਕੱਚ ਦੀਆਂ ਰੰਗ ਬਿਰੰਗੀਆਂ ਵੰਗਾਂ ਫੜ ਕੇ ਖੁਸ਼ ਹੁੰਦੇ ਹੋਏ ਕਹਿਣ ਲੱਗੀ, ਹਾਂ ਇਹ ਤਾਂ ਉਹੀ ਵੰਗਾਂ ਨੇ ਜੋ ਮੈਂ ਮੱਸਿਆ ਦੇ ਮੇਲੇ 'ਤੇ ਬਾਜ਼ਾਰ 'ਚ ਦੇਖੀਆਂ ਸਨ। ਇਸਦਾ ਮਤਲਬ ਤੁਸੀਂ ਵੀ ਉਸ ਦਿਨ ਵੀ ਉੱਥੇ ਖੜ੍ਹੇ ਹੀ ਸਭ ਕੁਛ ਦੇਖ ਰਹੇ ਸੀ ਨਾ? ਰੇਸ਼ਮ ਦੀ ਗੱਲ ਸੁਣ ਕੇ ਕਰਮਾ ਹੱਸਦੇ ਹੋਏ ਕਹਿਣ ਲੱਗਾ, ਹਾਂਜੀ ਇਹ ਗੱਲ ਹੋਰ ਦੱਸਾਂ, ਤੁਸੀਂ ਨਾ ਲੜਦੇ ਹੋਏ ਬਹੁਤ ਪਿਆਰੇ ਲੱਗਦੇ ਹੋ। ਰੇਸ਼ਮ, ਅੱਛਾ ਜੀ, ਪਰ ਤੁਹਾਨੂੰ ਪਤਾ ਉਹ ਦੁਕਾਨਦਾਰ ਨਿਰਾ ਠੱਗ ਸੀ, ਵੰਗਾਂ ਦਾ ਰੇਟ ਪਤਾ ਕਿੰਨਾ ਫਤਾ ਚੜ੍ਹਾ ਕੇ ਸਾਨੂੰ ਦੱਸ ਰਿਹਾ ਸੀ। ਮੇਰੀ ਫਿਰ ਉਸਦੇ ਨਾਲ ਵੰਗਾਂ ਦੇ ਰੇਟ ਨੂੰ ਲੈ ਕੇ ਲੜਾਈ ਹੋ ਪਈ। ਉਸ ਦਿਨ ਮੇਰਾ ਬਹੁਤ ਜੀ ਕਰਦਾ ਸੀ ਇਹ ਵੰਗਾਂ ਲੈਣ ਨੂੰ, ਪਰ ਉਸ ਸੜੇ ਜਿਹੇ ਬੰਦੇ ਕਰਕੇ ਮੈਂ ਨਹੀਂ ਲੈ ਪਾਈ। ਕਰਮਾ, ਤੁਸੀਂ ਨਹੀਂ ਲੈ ਪਾਈ ਤਾਂ ਕੀ ਹੋਇਆ? ਮੈਂ ਲੈ ਲਈਆਂ ਸੀ, ਮੈਂ ਤਾਂ ਕੋਈ ਚੰਗਾ ਜਿਹਾ ਮੌਕਾ ਪਾਲ ਰਿਹਾ ਸੀ ਤੁਹਾਨੂੰ ਵੰਗਾਂ ਦੇਣ ਲਈ, ਅਤੇ ਇਸ ਤੋਂ ਚੰਗਾ ਮੌਕਾ ਸਾਡੀ ਜ਼ਿੰਦਗੀ 'ਚ ਨਹੀਂ ਹੋ ਸਕਦਾ ਨਾ। ਰੇਸ਼ਮ, ਹਾਏ ਕਰਮਦੀਪ ਜੀ, ਤੁਸੀਂ ਕਿੰਨੇ ਚੰਗੇ ਹੋ, ਪਰ ਜੇ ਮੈਂ ਕੋਈ ਹੋਰ ਮਹਿੰਗੀ ਜਿਹੀ ਚੀਜ਼ 'ਤੇ ਉਂਗਲ ਧਰਦੀ ਤਾਂ ਕੀ ਤੁਸੀਂ ਭਲਾ ਉਹ ਵੀ ਖਰੀਦ ਲੈਂਦੇ? ਕਰਮਾ, ਉਦੋਂ ਅਸੀਂ ਉਂਗਲ ਧਰਨ ਵਾਲੀ ਤਾਂ ਬਣੋ ਜੀ, ਮੈਂ ਆਪਣੀ ਰੇਸ਼ਮ ਲਈ ਸਾਰੇ ਜਹਾਨ ਦੀਆਂ ਖੁਸ਼ੀਆਂ ਖਰੀਦ ਸਕਦਾ ਹਾਂ। ਰੇਸ਼ਮ, ਨਾ ਜੀ, ਮੈਨੂੰ ਨਹੀਂ ਸਾਰੇ ਜਹਾਨ ਦੀਆਂ ਖੁਸ਼ੀਆਂ ਚਾਹੀਦੀਆਂ, ਬਸ ਤੁਸੀਂ ਅਤੇ ਤੁਹਾਡਾ ਪਿਆਰ ਉਮਰ ਭਰ ਲਈ ਚਾਹੀਦਾ ਏ, ਮੇਰੇ ਲਈ ਇੰਨਾ ਹੀ ਬਹੁਤ ਏ। ਫਿਰ ਕਰਮਾ ਰੇਸ਼ਮ ਨੂੰ ਆਪਣੀ ਸੀਨੇ ਨਾਲ ਲਗਾਉਂਦੇ ਹੋਏ ਕਹਿਣ ਲੱਗਾ, ਰੇਸ਼ਮ ਤੈਨੂੰ ਪਤਾ ਨਾ ਮੇਰੇ ਪਿਛੋਕੜ ਬਾਰੇ। ਰੇਸ਼ਮ, ਹਾਂਜੀ ਥੋੜ੍ਹਾ ਬਹੁਤ, ਬਾਕੀ ਕਰਮਦੀਪ ਜੀ ਤੁਸੀਂ ਅੱਜ ਬੋਲਦੇ ਜਾਓ, ਬਸ ਤੁਹਾਡੀ ਰੇਸ਼ਮ ਸਭ ਕੁਝ ਸੁਣਦੀ ਜਾਏਗੀ। ਸੀਨੇ 'ਚ ਜੋ ਤੁਸੀਂ ਅੱਜ ਤੱਕ ਦੁੱਖ ਸਾਂਭੇ ਬੈਠੇ ਹੋ ਨਾ, ਉਹ ਸਭ ਮੇਰੇ ਨਾਲ ਵੰਡ ਸਕਦੇ ਹੋ। ਫਿਰ ਕਰਮੇ ਨੇ ਰੇਸ਼ਮ ਨੂੰ ਆਪਣੀ ਜ਼ਿੰਦਗੀ ਬਾਰੇ ਸਭ ਕੁਝ ਦੱਸਿਆ ਤਾਂ ਉਸਦੀ ਗੱਲ ਸੁਣ ਕੇ ਰੇਸ਼ਮ ਕਹਿਣ ਲੱਗੀ, ਕਰਮਦੀਪ ਜੀ ਮੈਨੂੰ ਨਹੀਂ ਪਤਾ ਸੀ ਤੁਹਾਡੇ ਨਾਲ ਇੰਨਾ ਕੁਝ ਹੋਇਆ ਆ,
ਬਾਕੀ ਰਹੀ ਗੱਲ ਆਪਣੀ ਪਹਿਚਾਣ ਲੱਭਣ ਅਤੇ ਜ਼ਿੰਦਗੀ 'ਚ ਕੁਝ ਬਣ ਕੇ ਸਭ ਨੂੰ ਦਿਖਾਉਣ ਦੀ, ਤਾਂ ਇਹ ਗੱਲ ਤੁਸੀਂ ਮੇਰੀ ਹਮੇਸ਼ਾ ਯਾਦ ਰੱਖਣਾ। ਤੁਹਾਡੀ ਰੇਸ਼ਮ ਜ਼ਿੰਦਗੀ ਦੇ ਹਰ ਸਫ਼ਰ 'ਤੇ ਹਮੇਸ਼ਾ ਤੁਹਾਡੇ ਨਾਲ ਹੱਥ ਫੜ ਕੇ ਚੱਲੇਗੀ। ਨਾ ਤਾਂ ਮੈਂ ਕਦੇ ਆਪ ਭਟਕਾਂਗੀ, ਨਾ ਹੀ ਕਦੇ ਤੁਹਾਨੂੰ ਭਟਕਣ ਦੇਵਾਂਗੀ। ਬਸ ਤੁਸੀਂ ਮੈਨੂੰ ਇੰਝ ਹੀ ਹਮੇਸ਼ਾ ਆਪਣੇ ਸੀਨੇ ਨਾਲ ਲਗਾ ਕੇ ਰੱਖਣਾ। ਮੈਨੂੰ ਇਹ ਜ਼ਮੀਨ ਜਾਇਦਾਦ ਵੱਡੇ ਵੱਡੇ ਮਹਿਲ ਨਹੀਂ ਚਾਹੀਦੇ, ਬਸ ਤੁਹਾਡਾ ਪਿਆਰ ਚਾਹੀਦਾ ਆ। ਫਿਰ ਇੱਦਾਂ ਹੀ ਉਹ ਦੋਵੇਂ ਇੱਕ ਦੂਜੇ ਨੂੰ ਵਾਹਾਂ 'ਚ ਲਏ ਹੋਏ ਗੱਲਾਂ ਕਰਦੇ ਕਰਦੇ ਕਦੋਂ ਸੋ ਗਏ ਉਹਨਾਂ ਨੂੰ ਕੁਝ ਪਤਾ ਹੀ ਨਾ ਲੱਗਿਆ। ਫਿਰ ਅਗਲੇ ਦਿਨ ਸਵੇਰੇ ਕਰਮਾ ਅਤੇ ਰੇਸ਼ਮ ਦੋਵੇਂ ਰੇਸ਼ਮ ਦੇ ਘਰ ਉਸੇ ਬੇਬੇ ਬਾਪੂ ਨੂੰ ਮਿਲਣ ਜਾਣ ਲਈ ਤਿਆਰ ਹੋ ਰਹੇ ਸਨ। ਕਰਮਾ ਜਦ ਵਾਰੋਂ ਪੱਗ ਪਿੰਨ ਲੈ ਕੇ ਆਪਣੇ ਕਮਰੇ 'ਚ ਆਇਆ ਤਾਂ ਰੇਸ਼ਮ ਸ਼ੀਸ਼ੇ ਮੂਹਰੇ ਖੜ੍ਹੀ ਹਾਰ ਸ਼ਿੰਗਾਰ ਲਗਾ ਰਹੀ ਸੀ। ਉਹ ਕਰਮੇ ਨੂੰ ਦਰਵਾਜ਼ੇ 'ਚ ਖੜ੍ਹ ਕੇ ਉਸ ਨੂੰ ਦੇਖਦੇ ਹੋਏ ਦੇਖ ਕੇ ਕਹਿਣ ਲੱਗੀ, ਕਰਮਦੀਪ ਜੀ, ਤੁਸੀਂ ਉੱਥੇ ਖੜ੍ਹੇ ਕੀ ਕਰ ਰਹੇ ਹੋ? ਇੱਧਰ ਆਓ ਮੇਰੇ ਕੋਲ, ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ। ਫਿਰ ਜਦ ਕਰਮਾ ਰੇਸ਼ਮ ਦੇ ਕੋਲ ਆਇਆ ਤਾਂ ਉਸ ਨੂੰ ਬੈੱਡ 'ਤੇ ਬਿਠਾ ਕੇ ਉਸਦੇ ਹੱਥੋਂ ਪਿੰਨ ਲੈ ਕੇ ਉਸਦੀ ਪੱਗ 'ਚ ਪਿੰਨ ਲਗਾਉਂਦੇ ਹੋਏ ਕਹਿਣ ਲੱਗੀ, ਕਰਮਦੀਪ ਜੀ, ਮੈਨੂੰ ਭਾਬੀ ਨੇ ਸਭ ਕੁਛ ਦੱਸ ਦਿੱਤਾ ਹੈ ਜੀ, ਪਰ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਕੱਲ੍ਹ ਵਾਲੀ ਗੱਲ ਦੇ ਕਰਕੇ ਮਾਫ਼ੀ ਮੰਗਣਾ ਚਾਹੁੰਦੀ ਹਾਂ। ਕੱਲ੍ਹ ਸਾਡੇ ਵਿਆਹ ਵੇਲੇ ਵੀ ਮੇਰੇ ਕਿਸੇ ਵੀ ਵੀਰ ਨੇ ਸਿੱਧੇ ਮੂੰਹ ਨਾਲ ਮੇਰਾ ਕੋਈ ਵੀ ਕਾਰਜ ਨਹੀਂ ਕੀਤਾ। ਗੱਲ ਲਾਵਾਂ ਲੈਣ ਵੇਲੇ ਦੀ ਹੋਵੇ ਭਾਵੇਂ ਜਾਂ ਫਿਰ ਮੈਨੂੰ ਡੋਲੀ 'ਚ ਬਿਠਾ ਕੇ ਵਿਦਾ ਕਰਨੇ ਦੀ, ਉਹਨਾਂ ਨੇ ਇਹ ਸਭ ਕੰਮ ਤਾਂ ਐਵੇਂ ਕੀਤੇ ਜਿਵੇਂ ਉਹ ਕੋਈ ਮੇਰੇ 'ਤੇ ਅਹਿਸਾਨ ਕਰ ਰਹੇ ਹੋਣ। ਉੱਪਰ ਤੁਹਾਡੇ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ, ਦੋਵੇਂ ਜਣੇ ਬਸ ਆਪੋ ਆਪਣੀ ਹਵਾ 'ਚ ਬਸ ਘੁੰਮ ਰਹੇ ਸਨ। ਉਹ ਤਾਂ ਮੇਰਾ ਛੋਟਾ ਭਰਾ ਹੀ ਚੰਗਾ ਨਿਕਲਿਆ ਜੋ ਹਰ ਵੇਲੇ ਤੁਹਾਡੇ ਕੋਲ ਰਿਹਾ, ਆਪਣੀ ਹੋਣ ਵਾਲੇ ਜਵਾਈ ਭਾਈ ਦਾ ਉਹ ਪੂਰਾ ਤਾਂ ਖਿਆਲ ਕਰਦੇ। ਦੋਨਾਂ 'ਚੋਂ ਕਿਸੇ ਨੇ ਵੀ ਸਿੱਧੇ ਮੂੰਹ ਨਾਲ ਤੁਹਾਡੇ ਨਾਲ ਗੱਲ ਤੱਕ ਵੀ ਨਹੀਂ ਕੀਤੀ ਕਿ ਆਹੀ ਭੈਣ ਭਰਾ ਦਾ ਰਿਸ਼ਤਾ ਹੁੰਦਾ ਏ। ਮੈਂ ਸਿਰਫ ਵਿਆਹ ਹੀ ਕਰਵਾਇਆ ਏ, ਉਹ ਵੀ ਉਸ ਇਨਸਾਨ ਨਾਲ ਜੋ ਮੈਨੂੰ ਪਸੰਦ ਸੀ। ਨਾ ਕੋਈ ਜ਼ਮੀਨ ਜਾਇਦਾਦ 'ਚੋਂ ਹਿੱਸਾ ਮੰਗਿਆ, ਨਾ ਕੁਝ ਉਹਨਾਂ ਨੇ, ਤਾਂ ਮੇਰੇ ਸਿਰ ਉੱਤੇ ਹੱਥ ਰੱਖ ਕੇ ਜਾਂਦੀ ਵਾਰੀ ਦਾ ਪਿਆਰ ਵੀ ਨਹੀਂ ਦਿੱਤਾ। ਬੀਬੀ ਬਾਪੂ ਵੀ ਉਹਨਾਂ ਦੇ ਇਸ ਰਵੱਈਏ 'ਤੇ ਨਿਰਾਸ਼ ਹੋ ਜਿਹੇ ਸਨ। ਕਰਮਾ ਫਿਰ ਰੇਸ਼ਮ ਦਾ ਹੱਥ ਆਪਣੇ ਹੱਥ 'ਚ ਲੈਂਦੇ ਹੋਏ ਕਹਿਣ ਲੱਗਾ, ਲੈ ਰੇਸ਼ਮ, ਤੂੰ ਕਿਉਂ ਮਾਫ਼ੀ ਮੰਗ ਰਹੀ ਹੈ? ਮੈਨੂੰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਆ। ਦੇਖ, ਮੈਨੂੰ ਵੀ ਸਭ ਪਤਾ ਆ, ਵੀਰੇ ਹੋਣਾਂ ਨੇ ਤਾਂ ਮੈਨੂੰ ਸਾਡੇ ਵਿਆਹ ਤੋਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੈਨੂੰ ਉਸ ਘਰ ਵਿੱਚ ਆਪਣੀ ਜਵਾਈ ਭਾਈ ਵਾਲੀ ਇੱਜ਼ਤ ਸ਼ਾਇਦ ਨਾ ਮਿਲੇ। ਉਹ ਤਾਂ ਮੈਨੂੰ ਆਪ ਕਮਾਉਣੀ ਪਵੇਗੀ, ਕਿਉਂਕਿ ਇੱਜ਼ਤ ਕਦੇ ਵੀ ਮੰਗ ਕੇ ਨਹੀਂ ਲੈ ਜਾਂਦੀ, ਇਹ ਤਾਂ ਬੰਦੇ ਨੂੰ ਆਪ ਕਮਾਉਣੀ ਪੈਂਦੀ ਹੈ। ਤੂੰ ਕੋਈ ਫਿਕਰ ਨਾ ਕਰ, ਇੱਕ ਦਿਨ ਸਭ ਕੁਝ ਠੀਕ ਹੋ ਜਾਣਾ ਆ, ਨਾਲੇ ਹੁਣ ਤੂੰ ਰੋਣ ਨਾ ਲੱਗ ਜਾਈਂ। ਰੇਸ਼ਮ, ਕਿਉਂ ਜੀ, ਮੈਂ ਕਿਉਂ ਰੋਵਾਂਗੀ? ਕਰਮਾ, ਕਿਉਂਕਿ ਮੈਨੂੰ ਪਤਾ ਆ ਝੱਟ ਛੋਟੀ ਜਿਹੀ ਗੱਲ 'ਤੇ ਤੂੰ ਰੋ ਪੈਂਦੀ ਆ। ਵੈਸੇ ਵੀ ਮੈਨੂੰ ਤੇਰੀ ਅੱਖ 'ਚ ਹੰਝੂ ਨਹੀਂ, ਆਹ ਧਾਰੀ ਬੰਨ ਕੇ ਪਾਇਆ ਸੁਰਮਾ ਜ਼ਿਆਦਾ ਸੋਹਣਾ ਲੱਗਦਾ ਏ। ਰੇਸ਼ਮ, ਅੱਛਾ ਜੀ, ਸਵੇਰੇ ਸਵੇਰੇ ਹੀ ਮੈਨੂੰ ਮੱਖਣ ਲਗਾਉਣ ਲੱਗ ਪਏ, ਹੁਣ ਤੁਸੀਂ ਉੱਠ ਕੇ ਬਾਹਰ ਜਾਓ, ਮੈਨੂੰ ਵੀ ਤਿਆਰ ਹੋ ਲੈਣ ਦਿਓ। ਕਰਮਾ, ਨਹੀਂ ਮੈਂ ਕੀ ਕਹਿੰਦਾ ਹਾਂ ਤੁਹਾਨੂੰ, ਹੋਈ ਜਾਓ ਜੀ, ਤੁਸੀਂ ਤਿਆਰ ਆਪਣਾ, ਫਿਰ ਆਪਾਂ ਤਾਂ ਇੱਥੇ ਹੀ ਬੈਠਣਾ ਆ। ਰੇਸ਼ਮ ਫਿਰ ਕਰਮੇ ਨੂੰ ਬਾਹੋਂ ਫੜ ਕੇ ਖਿੱਚ ਕੇ ਉਠਾਉਂਦੇ ਹੋਏ ਕਹਿਣ ਲੱਗੀ, ਤੁਸੀਂ ਨਾ ਜ਼ਿਆਦਾ ਚਲਾਕ ਨਾ ਬਣੋ, ਸਭ ਜਾਣਦੀ ਹਾਂ ਮੈਂ ਤੁਹਾਡੀਆਂ ਹੁਸ਼ਿਆਰੀਆਂ ਨੂੰ, ਚਲੋ ਜਾਓ ਬਾਹਰ। ਕਹਿ ਕੇ ਉਸਨੇ ਕਰਮੇ ਨੂੰ ਧੱਕੇ ਨਾਲ ਕਮਰੇ 'ਚੋਂ ਬਾਹਰ ਕੱਢ ਦਿੱਤਾ। ਫਿਰ ਘੰਟੇ ਪਿੱਛੋਂ ਰੇਸ਼ਮ ਜਦ ਤਿਆਰ ਹੋ ਕੇ ਆਪਣੇ ਕਮਰੇ 'ਚੋਂ ਬਾਹਰ ਆਈ ਤਾਂ ਬਾਹਰ ਹਾਲ 'ਚ ਪਹਿਲਾਂ ਹੀ ਸਾਰੇ ਜਣੇ ਬੈਠੇ ਉਸਦਾ ਇੰਤਜ਼ਾਰ ਕਰ ਰਹੇ ਸਨ।
ਰੇਸ਼ਮ ਨੇ ਆ ਕੇ ਆਪਣੀ ਸੱਸ ਦੇ ਪੈਰੀ ਹੱਥ ਲਗਾਇਆ, ਫਿਰ ਜਰਨੈਲ ਵੀਰੇ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਆਪਣੀ ਭਾਬੀ ਦੇ ਗੱਲ ਲੱਗ ਕੇ ਮਿਲੀ। ਥੋੜ੍ਹੀ ਬਹੁਤੀ ਗੱਲਬਾਤ ਹੋਣ ਮਗਰੋਂ ਰਾਣੋ ਨੇ ਸਾਰਿਆਂ ਲਈ ਰੋਟੀ ਪਾ ਕੇ ਲਿਆਂਦੀ ਅਤੇ ਉਹਨਾਂ ਨੇ ਇਕੱਠਿਆਂ ਨੇ ਬੈਠ ਕੇ ਰੋਟੀ ਖਾਧੀ। ਰੋਟੀ ਪਾਣੀ ਹੋਣ ਤੋਂ ਬਾਅਦ ਬੀਬੀ ਕਰਮੇ ਉਹਨਾਂ ਨੂੰ ਕਹਿਣ ਲੱਗੀ, ਚਲੋ ਹੁਣ ਤੁਸੀਂ ਵੀ ਜਾਓ ਪੁੱਤ, ਟਾਈਮ ਤਾਂ ਭਜਿਆ ਹੀ ਜਾਂਦਾ ਆ, ਰੇਸ਼ਮ ਧਿਆਨ ਨਾਲ ਜਾਣਾ ਆ ਦੋਨਾਂ ਨੇ, ਧੀ ਕੋਈ ਕਾਲੀ ਨਹੀਂ ਕਰਨੀ। ਫਿਰ ਰੇਸ਼ਮ ਅਤੇ ਕਰਮੇ ਨੇ ਆਪਣੀ ਬੇਬੀ ਦੇ ਪੈਰੀ ਹੱਥ ਲਗਾਇਆ ਅਤੇ ਜਰਨੈਲ ਫਿਰ ਕਰਮੇ ਨੂੰ ਜੀਪ ਦੀ ਚਾਬੀ ਫੜਾਉਂਦੇ ਹੋਏ ਕਹਿਣ ਲੱਗਾ, ਕਰਮੇ ਆ ਫੜ ਜੀਪ ਦੀ ਚਾਬੀ ਅਤੇ ਅੱਜ ਤੋਂ ਆਹ ਜੀਪ ਤੇਰੀ ਆ, ਜਾਓ ਘੁੰਮੋ ਫਿਰੋ ਅਤੇ ਮੌਜਾਂ ਕਰੋ। ਕਰਮਾ, ਪਰ ਵੀਰੇ ਜੀਪ ਤਾਂ ਤੁਹਾਡੀ ਆ ਨਾ। ਜਰਨੈਲ, ਕੋਈ ਗੱਲ ਨਹੀਂ, ਆਪਾਂ ਹੋਰ ਲੈ ਲਵਾਂਗੇ, ਨਾਲੇ ਆਹ ਦੇਖ ਮੈਨੂੰ ਹੈੱਡਕੁਆਰਟਰ ਤੋਂ ਚਿੱਠੀ ਆਈ ਆ ਕਿ ਮੇਰੀ ਤਰੱਕੀ ਹੋਣ ਵਾਲੀ ਆ, ਤੂੰ ਬਚਪਨ ਤੋਂ ਹੀ ਆਪਣੇ ਲਈ ਫੌਜੀਆਂ ਵਾਲੀ ਗੱਡੀ ਚਾਹੁੰਦਾ ਸੀ, ਸੋ ਤੁਹਾਡੇ ਵਿਆਹ ਦਾ ਇਹ ਤੋਹਫ਼ਾ ਸਾਡੇ ਸਾਰਿਆਂ ਵੱਲੋਂ। ਫਿਰ ਕਰਮੇ ਨੂੰ ਆਪਣੀ ਗੱਲ ਨਾਲ ਲਗਾ ਕਿ ਜਰਨੈਲ ਕਹਿਣ ਲੱਗਾ, ਸਦਾ ਖੁਸ਼ ਰਹਿ ਮੇਰੇ ਵੀਰ, ਚਲੋ ਜਾਓ ਹੁਣ ਤੁਸੀਂ ਦੋਵੇਂ, ਐਵੇਂ ਗੱਲਾਂ 'ਚ ਖੜ੍ਹੇ ਲੇਟ ਨਾ ਹੋਵੋ। ਫਿਰ ਕਰਮਾ ਅਤੇ ਰੇਸ਼ਮ ਆਪਣੀ ਭਾਬੀ ਨੂੰ ਮਿਲ ਕੇ ਜੀਪ 'ਚ ਬੈਠੇ ਤਾਂ ਉਹ ਦੋਵੇਂ ਰੇਸ਼ਮ ਦੇ ਪੇਕਿਆਂ ਵੱਲ ਨੂੰ ਚੱਲ ਪਏ। ਰੇਸ਼ਮ ਸਿਰ ਉੱਤੇ ਚੁੰਨੀ ਲੈ ਕੇ ਬੈਠੀ ਬਾਹਰ ਵੱਲ ਦੇਖ ਰਹੀ ਸੀ। ਚਿਰ ਕਰਮਾ ਉਸਨੂੰ ਛੇੜਦੇ ਹੋਏ ਕਹਿਣ ਲੱਗਾ, ਮੈਂ ਕਿਹਾ ਜੀ ਥੋੜ੍ਹਾ ਸਾਡੇ ਵੱਲ ਵੀ ਧਿਆਨ ਮਾਰ ਲਵੋ ਸੋਹਣਿਓ, ਕਿ ਸਾਰੀ ਰਾਤ ਤੁਸੀਂ ਬਾਹਰ ਹੀ ਦੇਖੀ ਜਾਣਾ ਆ। ਰੇਸ਼ਮ ਉਸਦੀ ਗੱਲ ਸੁਣ ਕੇ ਹੱਸਦੇ ਹੋਏ ਉਸਨੂੰ ਦੇਖਦੇ ਹੋਏ ਕਹਿਣ ਲੱਗੀ, ਆ ਲਓ ਜੀ ਦੇਖ ਲਿਆ ਮੈਂ ਤੁਹਾਨੂੰ ਵੀ, ਬਸ ਹੁਣ ਖੁਸ਼ ਹੋ। ਕਰਮਾ, ਬਸ ਯਾਰ ਤੂੰ ਇੱਦਾਂ ਹੀ ਦੇਖੀ ਚੱਲ, ਜਦ ਤੂੰ ਇੱਦਾਂ ਦੇਖਦੀ ਆ ਨਾ ਦਿਲ ਨੂੰ ਸਕੂਨ ਜਿਹਾ ਆ ਜਾਂਦਾ ਆ। ਰੇਸ਼ਮ, ਸਰਦਾਰ ਜੀ ਤੁਸੀਂ ਨਾ ਸਾਹਮਣੇ ਦੇਖ ਕੇ ਜੀਪ ਚਲਾਓ, ਮੈਨੂੰ ਦੇਖਣ ਨੂੰ ਹਾਲੇ ਸਾਰੀ ਉਮਰ ਪਈ ਆ। ਕਰਮਾ, ਅੱਛਾ ਜੀ ਇਹ ਤਾਂ ਦੱਸੋ ਅੱਜ ਫਿਰ ਮੇਰੇ ਸਹੁਰੇ ਕੀ ਬਣਾਉਣਗੇ ਮੇਰੇ ਲਈ, ਚੁੱਲ੍ਹੇ ਕੁੱਕੜ ਧਰਨਗੇ ਜਾਂ ਬੱਕਰਾ? ਰੇਸ਼ਮ, ਹਾਂ ਮੈਂ ਨਹੀਂ ਖਾਂਦੀ ਕੋਈ ਕੁੱਕੜ ਬੱਕਰ, ਨਾ ਹੀ ਕਦੇ ਤੁਸੀਂ ਖਾਣਾ ਆ, ਸਮਝ ਕੇ ਜੋ ਬਣਾਇਆ ਹੋਇਆ ਨਾ ਤੁਸੀਂ ਚੁੱਪ ਕਰਕੇ ਬਸ ਖਾ ਲੈਣਾ, ਜ਼ਿਆਦਾ ਨਖਰੀ ਨਾ ਕਰਨਾ, ਬਾਪੂ ਜੀ ਨੂੰ ਖਾਣੇ 'ਚ ਨੁਕਸ ਕੱਢਣ ਵਾਲੇ ਤੋਂ ਸਖਤ ਨਫ਼ਰਤ ਆ। ਕਰਮਾ, ਯਾਰ ਕਮਾਲਾ, ਇੰਨੇ ਵੱਡੇ ਸਰਦਾਰਾਂ ਦੇ ਘਰ ਬੀਬੀ ਹੁਣਾਂ ਨੇ ਮੁੰਡਾ ਵਿਆਹਿਆ ਆ ਅਤੇ ਉਹ ਹੁਣ ਦਾਲ ਰੋਟੀ ਨਾਲ ਹੀ ਆਪਣੀ ਜਵਾਈ ਦੀ ਸੇਵਾ ਕਰਨਗੇ। ਰੇਸ਼ਮ, ਕਰਮਦੀਪ ਜੀ ਤੁਸੀਂ ਸ਼ਾਇਦ ਕੁਝ ਭੁੱਲ ਰਹੇ ਹੋ, ਸੋ ਆਪਣੇ ਸਹੁਰੇ ਘਰ ਤੋਂ ਜ਼ਿਆਦਾ ਕੁਝ ਉਮੀਦ ਨਾ ਰੱਖਣਾ ਤਾਂ ਹੀ ਬਿਹਤਰ ਹੋਵੇਗਾ। ਇਹ ਗੱਲ ਹੋਰ ਤੁਹਾਨੂੰ ਰੱਬ ਦਾ ਵਾਸਤਾ ਏ, ਜੇ ਤੁਹਾਨੂੰ ਕੋਈ ਵੀ ਉੱਚਾ ਨੀਵਾਂ ਕਹੀ ਨਾ ਤਾਂ ਮੇਰੇ ਕਰਕੇ ਸੁਣ ਲੈਣਾ, ਪਰ ਅੱਗਿਓਂ ਕੋਈ ਜਵਾਬ ਨਾ ਦੇਣਾ। ਕਰਮਾ, ਉਹ ਮੈਂ ਜਾਣਦਾ ਹਾਂ ਮੇਰੀ ਇਹ ਸਰਦਾਰਨੀ ਏ, ਮੈਂ ਤਾਂ ਐਵੇਂ ਤੈਨੂੰ ਚੀੜ ਰਿਹਾ ਸੀ, ਵੈਸੇ ਨੂੰ ਸਾਨੂੰ ਤਾਂ ਢਿੱਡ ਭਰਨ ਤੋਂ ਮਤਲਬ ਆ, ਬਸ ਫਿਰ ਚਾਹੇ ਦਾਲ ਰੋਟੀ ਸਬਜ਼ੀ ਦੇ ਨਾਲ ਦੇ ਦਿਓ ਚਾਹੇ ਰੁੱਖੀ ਮਿਸੀ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਰੇਸ਼ਮ, ਹਜੇ ਮੇਰੇ ਹੁੰਦੇ ਹੋਏ ਤੁਸੀਂ ਆਪਣੇ ਸਹੁਰੇ ਘਰ 'ਚ ਵੀ ਰੁੱਖੀ ਮਿਸੀ ਰੋਟੀ ਖਾਓਗੇ ਤਾਂ ਮੇਰੀ ਇੱਕ ਚੰਗੀ ਘਰਵਾਲੀ ਹੋਣ 'ਤੇ ਇਹ ਤਾਂ ਲਾਹਨਤ ਹੋਈ ਨਾ, ਫਿਰ ਜੋ ਆਪਣੀ ਘਰਵਾਲੀ ਨੂੰ ਆਪਣੀ ਸਹੁਰੇ ਘਰ 'ਚ ਅੱਜ ਦੀ ਰੋਟੀ ਵੀ ਨਾ ਬਣਾ ਕੇ ਖਵਾਏ ਪਾਈ। ਇੱਦਾਂ ਹੀ ਉਹ ਗੱਲਾਂ ਕਰਦੇ ਹੋਏ ਰੇਸ਼ਮ ਦੇ ਪੇਕੇ ਜਾ ਪਹੁੰਚੇ। ਹਵੇਲੀ ਦੇ ਅੰਦਰ ਆ ਕੇ ਜਦੋਂ ਉਹ ਦੋਵੇਂ ਜੀਪ 'ਚ ਉਤਰੇ ਤਾਂ ਰੇਸ਼ਮ ਦੇ ਬੇਬੇ ਬਾਪੂ ਪਹਿਲਾਂ ਹੀ ਹਵੇਲੀ ਦੇ ਵਰਾਂਡੇ 'ਚ ਬੈਠੇ ਉਹਨਾਂ ਦੀ ਰਾਹ ਦੇਖ ਰਹੇ ਸਨ। ਦੋਵੇਂ ਜਣੇ ਉਤਰ ਕੇ ਆਪਣੇ ਬੇਬੇ ਬਾਪੂ ਦੇ ਕੋਲ ਆਏ ਤਾਂ ਕਰਮੀ ਨੇ ਆਪਣੇ ਬੇਬੇ ਬਾਪੂ ਦੇ ਪੈਰੀ ਹੱਥ ਲਗਾਇਆ, ਉਹਨਾਂ ਨੇ ਸਿਰ ਪਲੋਸ ਕੇ ਉਸ ਨੂੰ ਪਿਆਰ ਦਿੱਤਾ। ਰੇਸ਼ਮ ਨੂੰ ਆਪਣੇ ਗੱਲ ਨਾਲ ਲਗਾ ਕੇ ਕਿੰਨੀਆਂ ਸਾਰੀਆਂ ਅਸੀਸਾਂ ਦਿੱਤੀਆਂ। ਫਿਰ ਉਹ ਸਾਰੇ ਉੱਥੇ ਹੀ ਬੈਠ ਕੇ ਗੱਲਾਂ ਬਾਤਾਂ ਮਾਰਨ ਲੱਗ ਪਏ। ਕੁਝ ਦੇਰ ਬਾਅਦ ਚਾਹ ਵੀ ਬਣ ਕੇ ਆ ਗਈ ਤਾਂ ਚਾਹ ਪੀਂਦੇ ਹੋਏ ਰੇਸ਼ਮ ਕਹਿਣ ਲੱਗੀ, ਬੇਬੇ ਵੀਰੇ ਹੁਣੇ ਕਿੱਥੇ ਆ? ਬੇਬੇ,
ਪਤਾ ਨਹੀਂ ਧੀਏ ਸਵੇਰ ਦੇ ਕਿੱਥੇ ਗਏ ਆ, ਨਾਲੇ ਮੈਂ ਤਾਂ ਕੱਲ੍ਹ ਦੱਸਿਆ ਸੀ ਵੀ ਰੇਸ਼ਮ ਨੇ ਆਉਣਾ ਆ, ਤੁਸੀਂ ਘਰ ਰਹਿਣਾ, ਪਰ ਫਿਰ ਵੀ ਉਹ ਸਵੇਰੇ ਹੀ ਕਿਤੇ ਚਲੇ ਗਏ ਆ। ਰੇਸ਼ਮ ਲੈ ਕੇ ਗੱਲ ਹੋਈ, ਨਾਲੇ ਉਹਨਾਂ ਨੂੰ ਸਭ ਪਤਾ ਸੀ, ਫਿਰ ਵੀ ਮੈਨੂੰ ਮਿਲ ਕੇ ਤਾਂ ਚਲੇ ਜਾਂਦੇ ਜਿੱਥੇ ਵੀ ਜਾਣਾ ਸੀ। ਬਾਪੂ ਚੱਲ ਛੱਡ ਦੇ ਉਹਨਾਂ ਨੂੰ, ਜੇ ਉਹ ਨਹੀਂ ਮਿਲਣਾ ਚਾਹੁੰਦੇ ਤਾਂ ਨਾ ਸਹੀ, ਵੈਸੇ ਵੀ ਇੱਜ਼ਤ ਕਦੇ ਕਿਸੇ ਤੋਂ ਧੱਕੇ ਨਾਲ ਨਹੀਂ ਕਰਵਾਈ ਜਾਂਦੀ ਹੁੰਦੀ। ਉਹ ਦੇਖ ਤੇਰਾ ਛੋਟਾ ਭਰਾ ਵੀ ਸਕੂਲੋਂ ਆ ਗਿਆ। ਰੇਸ਼ਮ ਨੇ ਜਦ ਦਰਵਾਜ਼ੇ ਵੱਲ ਦੇਖਿਆ ਤਾਂ ਉਸਦਾ ਛੋਟਾ ਭਰਾ ਕਮਲ ਸਕੂਲ ਵਾਲਾ ਬੈਗ ਹੱਥਾਂ 'ਚ ਲਟਕਾਈ ਜ਼ਮੀਨ 'ਤੇ ਖੜੇਸਦਾ ਹੋਇਆ ਤੁਰੇ ਆ ਰਿਹਾ ਸੀ। ਫਿਰ ਉਹ ਰੇਸ਼ਮ ਦੇ ਕੋਲ ਆ ਕੇ ਆਪਣੀ ਭੈਣ ਦੇ ਗੱਲ ਲੱਗ ਕੇ ਜਦ ਮਿਲਿਆ ਤਾਂ ਰੇਸ਼ਮ ਉਸਨੂੰ ਕਹਿਣ ਲੱਗੀ, ਸਕੂਲ ਬੈਗ ਨਾ ਬਾਹਾਂ 'ਚ ਪਾਈਦਾ ਹੁੰਦਾ ਆ, ਇੱਦਾਂ ਖੜੇਸਦੇ ਹੋਏ ਨਹੀਂ ਲੈ ਕੇ ਆਈਦਾ ਹੁੰਦਾ, ਚਲ ਹੁਣ ਆਪਣੇ ਭਾਅ ਜੀ ਨੂੰ ਵੀ ਮਿਲ ਲਾ। ਫਿਰ ਕਮਲ ਨੇ ਆਪਣੇ ਜੀਜੇ ਕਰਮੇ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ ਤਾਂ ਕਰਮੇ ਨੇ ਉਸਨੂੰ ਕੋਲ ਬਿਠਾ ਲਿਆ ਅਤੇ ਉਸੇ ਨਾਲ ਗੱਲਾਂ ਮਾਰਨ ਲੱਗ ਪਿਆ। ਇੱਦਾਂ ਹੀ ਗੱਲਾਂ ਕਰਦਿਆਂ ਨੂੰ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਗਿਆ ਸੀ ਤਾਂ ਰੇਸ਼ਮ ਨੇ ਆਪਣੀ ਬੇਬੇ ਨਾਲ ਮਿਲ ਕੇ ਦੁਪਹਿਰ ਦੀ ਰੋਟੀ ਤਿਆਰ ਕੀਤੀ ਅਤੇ ਫਿਰ ਉਹਨਾਂ ਸਾਰਿਆਂ ਨੇ ਮਿਲ ਕੇ ਰੋਟੀ ਖਾਧੀ। ਕਰਮਾ ਅਤੇ ਰੇਸ਼ਮ ਆਪਣੇ ਕਮਰੇ 'ਚ ਕਮਲ ਨਾਲ ਬੈਠੇ ਗੱਲਾਂ ਬਾਤ ਮਾਰ ਰਹੇ ਸਨ। ਉਸਦਾ ਬਾਪੂ ਦਾ ਕਿਸੇ ਕੰਮ ਚਲਾ ਗਿਆ ਸੀ। ਫਿਰ ਸ਼ਾਮ ਨੂੰ ਜਦ ਕਰਮੇ ਉਹਨਾਂ ਦੇ ਵਾਪਸ ਜਾਣ ਦਾ ਵੇਲਾ ਹੋਇਆ ਤਾਂ ਰੇਸ਼ਮ ਨੂੰ ਜਦ ਆਪਣੀ ਬੇਬੇ ਤੋਂ ਪਤਾ ਲੱਗਿਆ ਕਿ ਉਸਦੇ ਦੋਵੇਂ ਵੀਰ ਘਰ ਆਏ ਹੋਏ ਨੇ ਤਾਂ ਉਹ ਕਹਿਣ ਲੱਗੀ, ਬੇਬੇ ਤਾਂ ਕੀ ਹੋਇਆ, ਜੇ ਵੀਰੇ ਹੁਣੇ ਸਾਨੂੰ ਮਿਲਣ ਨਹੀਂ ਆਏ, ਅਸੀਂ ਦੋਵੇਂ ਉਹਨਾਂ ਨੂੰ ਜਾ ਕੇ ਆਪ ਮਿਲਾਉਂਦੇ ਹਾਂ, ਵੈਸੇ ਵੀ ਉਹ ਸਾਡੇ ਤੋਂ ਵੱਡੇ ਨੇ, ਜੇ ਅਸੀਂ ਆਪ ਜਾ ਕੇ ਮਿਲਾਂਗੇ ਤਾਂ ਉਹਨਾਂ ਨੂੰ ਜ਼ਿਆਦਾ ਖੁਸ਼ੀ ਹੋਵੇਗੀ। ਫਿਰ ਰੇਸ਼ਮ ਕਰਮੇ ਨੂੰ ਨਾਲ ਲੈ ਕੇ ਆਪਣੇ ਵੀਰੇ ਦੇ ਕਮਰੇ ਵੱਲ ਨੂੰ ਚੱਲ ਪਈ, ਇਸ ਗੱਲ ਤੋਂ ਅਣਜਾਣ ਕਿ ਅੱਗੇ ਕੀ ਹੋਵੇਗਾ। ਜਦੋਂ ਉਹ ਕਮਰੇ ਦਾ ਦਰਵਾਜ਼ਾ ਖੁੱਲ੍ਹ ਕੇ ਅੰਦਰ ਆਈ ਤਾਂ ਉਸਦੇ ਦੋਵੇਂ ਭਰਾ ਜਾਗਰ ਅਤੇ ਨਾਜਰ ਗੁੱਸੇ 'ਚ ਭਰੇ ਪੀਤੇ ਬੈਠੇ ਸ਼ਰਾਬ ਪੀ ਰਹੇ ਸਨ, ਕਿਉਂਕਿ ਉਹ ਅੱਜ ਦੀ ਬਲਦਾਂ ਵਾਲੀ ਦੌੜ ਹਾਰ ਗਏ ਸਨ। ਪਿਛਲੇ ਕਈ ਸਾਲਾਂ ਤੋਂ ਉਹ ਨਾਲ ਦੇ ਪਿੰਡ 'ਚ ਹੋ ਰਹੀਆਂ ਖੇਡਾਂ 'ਚ ਹਰ ਸਾਲ ਵਾਜੀ ਮਾਰਦੇ ਆਏ ਸਨ, ਪਰ ਇਸ ਵਾਰੀ ਕੋਈ ਨਵਾਂ ਹੀ ਬੰਦਾ ਪਹਿਲਾ ਇਨਾਮ ਉਹਨਾਂ ਦੇ ਹੱਥ 'ਚੋਂ ਖੋਹ ਕੇ ਲੈ ਗਿਆ ਸੀ, ਇਸ ਕਰਕੇ ਉਹ ਤਪੇ ਬੈਠੇ ਸਨ। ਰੇਸ਼ਮ ਅਤੇ ਕਰਮੇ ਨੇ ਦੋਵਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਆ ਕੇ ਉਹਨਾਂ ਦੇ ਸਾਹਮਣੇ ਬੈਠ ਕੇ ਜਾਗਰ ਉਹਨਾਂ ਨੇ ਰੇਸ਼ਮ ਦੀ ਸਤਿ ਸ਼੍ਰੀ ਅਕਾਲ ਦਾ ਜਵਾਬ ਤਾਂ ਦਿੱਤਾ, ਪਰ ਕਰਮੇ ਬੜੀ ਬਸ ਠੀਕ ਆ ਕਹਿ ਕੇ ਸਾਰ ਦਿੱਤਾ। ਫਿਰ ਨਾਚਰ ਨਸ਼ੇ 'ਚ ਲੜਖੜਾਉਂਦੇ ਹੋਏ ਹੱਥਾਂ ਨਾਲ ਪੈਗ ਬਣਾਉਂਦੇ ਹੋਏ ਕਹਿਣ ਲੱਗਾ, ਦਾਰੂ ਪੀਏਗਾ ਪ੍ਰਾਹੁਣਿਆ? ਕਰਮਾ, ਨਹੀਂ ਭਾਅ ਜੀ, ਮੈਂ ਦਾਰੂ ਨਹੀਂ ਪੀਂਦਾ। ਜਾਗਰ, ਚਲ ਦਾਰੂ ਨਾ ਸਹੀ, ਮੁਰਗਾ ਹੀ ਚੱਕ ਲਾ, ਫਿਰ ਨਾਲ ਖਾਰਾ ਹੀ ਪੀ ਲਵੀਂ। ਕਰਮਾ, ਨਹੀਂ ਵੀਰੇ, ਮੈਂ ਕੁਝ ਨਹੀਂ ਖਾਂਦਾ ਪੀਂਦਾ, ਤੁਸੀਂ ਪੀਓ। ਫਿਰ ਉਸਦੀ ਗੱਲ ਸੁਣ ਕੇ ਨਾਜਰ ਹਰਕਦੇ ਹੋਏ ਕਹਿਣ ਲੱਗਾ, ਉਹ ਸਾਲਿਆ, ਨਾ ਤਾਂ ਤੂੰ ਦਾਰੂ ਪੀਣਾ ਨਾ ਮੁਰਗਾ ਖਾਣਾ ਏ, ਤੈਨੂੰ ਬਾਹਾਂ ਨੂੰ ਸਾਡਾ ਜਵਾਈ ਕਿਸਨੇ ਬਣਾ ਦਿੱਤਾ? ਕਰਮਾ, ਚੰਗਾ ਵੀਰ ਜੀ, ਤੁਸੀਂ ਬੈਠ ਕੇ ਪੀਓ, ਹੁਣ ਅਸੀਂ ਚੱਲਦੇ ਹਾਂ, ਫਿਰ ਨਹੀਂ ਸਾਨੂੰ ਘਰ ਜਾਂਦਿਆਂ ਨੂੰ ਕਵੇਲਾ ਹੋ ਜਾਣਾ ਆ। ਜੇ ਕਰਮਾ ਹੱਥ ਜੋੜ ਕੇ ਖੜਾ ਹੋਣ ਲੱਗਾ ਤਾਂ ਜਾਗਰ ਨੇ ਉਸਨੂੰ ਬਾਹੋਂ ਫੜ ਕੇ ਬਿਠਾ ਲਿਆ ਅਤੇ ਕਹਿਣ ਲੱਗਾ, ਉਹ ਚਲਿਆ ਜਾਈ, ਅਸੀਂ ਕਿਹੜਾ ਤੈਨੂੰ ਰਾਤ ਕੱਟਣ ਨੂੰ ਕਹਿ ਰਹੇ ਹਾਂ, ਪਰ ਤੂੰ ਜਾਣ ਤੋਂ ਪਹਿਲਾਂ ਮੈਨੂੰ ਕੁਝ ਸਵਾਲਾਂ ਦੇ ਜਵਾਬ ਦੇ, ਤੇਰੇ ਕੋਲ ਜ਼ਮੀਨ ਕਿੰਨੀ ਆ? ਕਰਮਾ ਇਹ ਸੁਣ ਕੇ ਜਦ ਰੇਸ਼ਮ ਵੱਲ ਦੇਖਣ ਲੱਗਾ ਤਾਂ ਉਹ ਕਹਿਣ ਲੱਗੀ, ਵੀਰੇ ਤੁਸੀਂ ਆਪਣੀ ਦਾਰੂ ਪੀ ਲਵੋ, ਅਸੀਂ ਫਿਰ ਕਦੇ ਇਹ ਗੱਲਾਂ ਕਰ ਲਵਾਂਗੇ, ਹੁਣ ਸਾਨੂੰ ਜਾਣਾ ਚਾਹੀਦਾ ਏ। ਉਸੇ ਗੱਲ ਸੁਣ ਕੇ ਜਾਗਰ ਗੁੱਸੇ ਨਾਲ ਹੋਰ ਭੜਕਦੇ ਹੋਏ ਕਹਿਣ ਲੱਗਾ, ਤੈਨੂੰ ਇੱਕ ਵਾਰੀ ਮੇਰੀ ਕਹੀ ਗੱਲ ਸਮਝ ਨਹੀਂ ਆਉਂਦੀ? ਸੁਣਦਾ ਨਹੀਂ ਮੈਂ ਤੇਰੇ ਘਰ ਵਾਲੇ ਨੂੰ ਕੀ ਪੁੱਛ ਰਿਹਾ ਹਾਂ, ਚੁੱਪ ਕਰਕੇ ਬੈਠੀ ਰਹਿ। ਰੇਸ਼ਮ ਆਪਣੇ ਭਰਾ ਦਾ ਗੁੱਸਾ ਦੇਖ ਕੇ ਚੁੱਪ ਕਰਕੇ ਬੈਠ ਗਈ। ਤਾਂ ਫਿਰ ਨਾਜਰ ਕਹਿਣ ਲੱਗਾ, ਹਾਂ ਬਈ ਪ੍ਰਾਹੁਣਿਆ, ਹੁਣ ਤੂੰ ਦੱਸ ਤੈਨੂੰ ਕਿੰਨੀ ਜ਼ਮੀਨ ਆਉਂਦੀ ਆ? ਕਰਮਾ,
ਵੀਰੇ ਮੇਰੇ ਕੋਲ ਆਪਣੀ ਜ਼ਮੀਨ ਤਾਂ ਹੈ ਨਹੀਂ ਵੀਰੇ, ਮੈਂ ਤਾਂ ਬਸ ਜਰਨੈਲ ਭਾਅ ਜੀ ਉਹਨਾਂ ਦੀ ਜ਼ਮੀਨ 'ਤੇ ਖੇਤੀ ਕਰਦੇ ਹਾਂ। ਜਾਗਰ, ਹੱਟ ਸਾਲਾ ਲੰਘਣਾ ਹੋਵੇ ਕਿਸੇ ਥਾਂ ਦਾ, ਤੈਨੂੰ ਪਤਾ ਆ ਮੇਰੀ ਭੈਣ ਦੇ ਹਿੱਸੇ 'ਚ ਕਿੰਨੀ ਜ਼ਮੀਨ ਆਉਂਦੀ ਆ? ਪੂਰੇ 20 ਮੁਰੱਬੇ ਆਉਂਦੀ ਆ ਉਸਦੇ ਇਕੱਲੀ ਦੇ ਹਿੱਸੇ 'ਚ। ਇਹਨਾਂ ਮੁਰੱਬਿਆਂ ਪਿੱਛੇ ਹੀ ਤੂੰ ਉਸਦੇ ਨਾਲ ਵਿਆਹ ਕਰਵਾਇਆ ਹੀ ਨਾ ਕਰਮਾ। ਭਾਅ ਜੀ, ਇਹ ਤੁਸੀਂ ਕੀ ਕਹਿ ਰਹੇ ਹੋ? ਨਾ ਭਲਾ ਮੈਂ ਰੇਸ਼ਮ ਦੀ ਜ਼ਮੀਨ ਤੋਂ ਕੀ ਲੈਣਾ ਆ? ਨਾਜਰ, ਡੋਕੇ ਲੈਣੇ ਆ ਤੂੰ ਸਾਲਿਆ, ਉਸ ਤੋਂ ਦੇਖ ਕਿੱਦਾਂ ਬਣਦਾ ਆ ਪੂੜਾ। ਜੇ ਤਾਂ ਸਾਨੂੰ ਕੁਛ ਪਤਾ ਹੀ ਨਾ ਹੋਵੇ, ਸਾਰੀ ਉਮਰ ਖੇਤਾਂ 'ਚ ਮਰ ਮਰ ਕੇ ਕੰਮ ਕਰਨ ਨਾਲੋਂ ਤੂੰ ਸੋਚਿਆ ਇੱਕੋ ਝਟਕੇ 'ਚ ਕਿਉਂ ਨਾ ਮੈਂ ਵੀ ਜ਼ਮੀਨ ਦਾ ਮਾਲਕ ਬਣ ਜਾਵਾਂ। ਰੇਸ਼ਮ, ਵੀਰੇ ਤੁਸੀਂ ਕੀ ਕਹਿ ਰਹੇ ਹੋ? ਕਰਮਦੀਪ ਜੀ ਮੇਰੇ ਘਰ ਵਾਲਾ ਹੈ ਅਤੇ ਤੁਸੀਂ ਮੇਰੇ ਹੀ ਸਾਹਮਣੇ ਉਸਨੂੰ ਗਾਲਾਂ ਕੱਢੀ ਜਾ ਰਹੇ ਹੋ? ਇਹ ਗੱਲ ਠੀਕ ਨਹੀਂ ਆ। ਜੇ ਤੁਸੀਂ ਸਾਨੂੰ ਨਹੀਂ ਮਿਲਣਾ ਤਾਂ ਸਾਫ਼ ਕਹਿ ਦਿਓ, ਪਰ ਇੰਝ ਕਰਿਆ ਹੀ ਆਪਣੀ ਜਵਾਈ ਭਾਈ ਨੂੰ ਜਲੀਲ ਤਾਂ ਨਾ ਕਰੋ। ਜਾਗਰ, ਉੱਥੋਂ ਜਵਾਈ? ਧੰਨਵਾਦ ਜੀ, ਬਾਕੀ ਕੱਲ੍ਹ ਦੀ ਵੀਡੀਓ 'ਚ ਜਾਰੀ ਰੱਖਾਂਗੇ ਜੀ। ਸਤਿ ਸ਼੍ਰੀ ਅਕਾਲ।